ਚਾਚਾ ਜੀ ਇਹ ਮਤਲਬ ਜਿਹੜਾ ਤੁਸੀਂ ਝੋਨਾ ਵਾਹਤਾ ਇੱਕ ਕਿਲਾ ਇਹ ਕੀ ਪ੍ਰੋਬਲਮ ਆ ਗਈ ਤੁਸੀਂ ਮਤਲਬ ਪੁੱਤਾ ਵਾਂਗ ਪਾਲੀ ਸੀ ਫਸਲ ਤੇ ਇਹ ਮਤਲਬ ਅੱਜ ਤੁਸੀਂ ਵਾਹਣ ਦੇ ਆ ਕੀ ਗੱਲ ਕੀ ਹੋ ਗਈ ਹੈ ਦੱਸੋ ਆਪਣੇ ਵਿਚਾਰ ਦੱਸੋ ਇਹਦੇ ਵਿੱਚ ਇਹ ਦੇਖੋ ਜੀ 121 ਵੈਰਾਈਟੀ ਦੇ 5-6 ਕਿਲੇ ਲਾਏ ਸੀ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਬਿਮਾਰੀ ਪੈ ਗਈ ਜਿਹੜੇ ਛੋਟੇ-ਬੂਟੇ ਰਹਿ ਗਏ ਹੈਗੇ ਇਹ ਕਿਲਾ ਬਿਲਕੁਲ ਜ਼ਿਆਦਾ ਖਰਾਬ ਹੋ ਗਿਆ ਆ ਵੇਖੋ ਮਾਰੋ ਮੜ ਜਿਆ ਨੂੰ ਵੀਡੀਓ ਇਹ ਬਿਲਕੁਲ ਸੜ ਚੁੱਕਾ ਹੈ ਉਦੋਂ ਹੁਣ ਬਿਮਾਰੀ ਹੋਰ ਪੈ ਗਈ ਆ ਕੋਈ ਤਿੰਨ-ਚਾਰ ਸਪਰੇਆਂ ਵੀ ਕੀਤੀਆਂ ਕੋਈ ਕੰਟਰੋਲ ਨਹੀਂ ਹੋਇਆ ਉਹ ਹੁਣ ਹਾਰ ਕੇ ਬਹੁਣਾ ਪਿਆ ਹੁਣ ਕੀ ਕਰੀਏ ਫਿਰ ਹੋਰ ਫਸਲ ਵੀ ਨਹੀਂ ਕੱਢ ਲਈ ਬੀਜ ਹੋਣੀ ਹੁਣ ਤੁਸੀਂ ਕੀ ਮਤਲਬ ਕੀ ਮੰਗ ਕਰਦੇ ਹੋ ਸਰਕਾਰ ਕੋਲ ਆਪਣਾ ਅਸੀਂ ਸਰਕਾਰ ਕੋਲ ਮੰਗ ਕਰਾਂਗੇ ਵੇਖੋ ਸਾਨੂੰ ਜੋ ਮੁਆਜਾ ਬੰਦਾਟਾ ਦਿੱਤਾ ਜਾਵੇ ਐਨਾ ਖਰਚਾ ਹੋ ਗਿਆ 15-20000 ਰੁਪਈਆ ਕਿੱਲੇ ਦਾ ਖਰਚਾ ਹੋ ਗਿਆ ਠੀਕ ਹੈ ਤੇ ਬਾਕੀ ਠੇਕੇ ਦੇ ਪੈਲੀਆਂ ਵੀ ਤੁਹਾਨੂੰ ਪਤਾ ਬਾਕੀ ਮਤਲਬ ਜਿਹੜੀ ਤੁਹਾਡੇ ਹੋਰ ਵਾ ਚਾਰ ਪੰਜ ਕਿੱਲੇ ਉਹ ਮਤਲਬ ਸਹੀ ਆ ਕੋਣਾ ਵਿੱਚ ਵੀ ਹੈ ਬਚਿਆ ਅੱਧਾ ਚ ਅੱਧੀ ਵੈਰੈਟੀ ਜਿਹੜੀ ਬਚੀ ਪਈ ਅੱਧੇ ਬੂਟੇ ਚੰਗੇ ਆ ਅੱਧੇ ਉਹਦੇ ਵਿੱਚ ਕੁਝ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ 50% ਖਰਾਬ ਹੋ ਗਿਆ ਕਿੱਲੇ ਦਾ ਤੇ ਬਾਕੀ ਜਿਹੜਾ ਉਹ ਹੁਣ ਵੇਖਾਂਗੇ ਜੇ ਤੇ ਪੱਕੇ ਗਾਰੇ ਹੁਣ ਸਰਕਾਰ ਖਰੀਦੀ ਕਿਦਾਂ ਕਰਦੀ ਆ ਉਹਦੇ ਬਾਰੇ ਫਿਰ ਅਸੀਂ ਵੇਖੋ ਆਪਣੇ ਇਹ ਜਿਹੜਾ ਹੁਣ ਤੁਸੀਂ ਬਾਹਰ ਤਾਇਆ ਦਾ ਹੁਣ ਸਰਕਾਰ ਕੋ ਮਾਲ ਜਾ ਜਾਂਦੇ ਆ ਦੇਖੋ ਜੇ ਕੋਈ ਦੇਲੇ ਖਰਚਾ ਪੱਠਾ ਤੇ ਠੀਕ ਆ ਤੇ ਨਹੀਂ ਦੇਦੇ ਉਹ ਤੇ ਫਿਰ ਵੇਖੋ ਸਾਡੇ ਦੇ ਹੁਣ ਜੋ ਨੁਕਸਾਨ ਹੋਣਾ ਹੋ ਗਿਆ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ